ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ ਹਾਂ ਡੇਢ ਸਾਲ ਪਹਿਲਾਂ ਕਿੱਥੇ ਨੇ ਨਹੀਂ ਉਹ ਕਿਤੇ ਵੀ ਹੋਣ ਕੋਈ ਮਨਪਿੰਦ ਕਿੱਥੇ ਆ ਸੁਨੀਲ ਜਾਖੜ ਕਿੱਥੇ ਆ ਉਹ ਪਹਿਲੀ ਵਾਰ ਉਹਦੀ ਟਾਂਗੜ ਕਿੱਥੇ ਆ ਬਲਵੀਰ ਸਿੱਧੂ ਕਿੱਥੇ ਆ ਨਹੀਂ ਉਹ ਸਾਨੂੰ ਪੁੱਛਦੇ ਆ ਮਨਪਿੰਦ ਬਾਦਲ ਕਿੱਥੇ ਆ ਉਹ ਮਨਪਿੰਦ ਬਾਦਲ ਕਿੱਥੇ ਆ ਨਹੀਂ ਨਹੀਂ ਤੁਹਾਡਾ ਭਰਾ ਫਤੰਜੰਗ ਬਾਜਵਾ ਕਿੱਥੇ ਆ ਉਹ ਕਿੱਥੇ ਹੋਏਗਾ ਉਹ ਤਾਂ ਸਖਦੇ ਉਹ ਤਾਂ ਉਧਰ ਚਲੇ ਗਏ ਆ ਇਹ ਸੁਰਜੇ ਵਾਲਾ ਕਹਿ ਰਹੇ ਸੀ ਕਿ ਬੰਗਲੌਰ ਚ ਕਿ ਜੇ ਪਾਰਟੀ ਸੱਤਾ ਬਦਲ ਗਈ ਇਸ ਦਾ ਮਤਲਬ ਇਹ ਨਹੀਂ ਹੈ ਕਿ ਬੀਜੇਪੀ ਵਾਲੇ ਬਚ ਜਾਣਗੇ ਇੱਥੇ ਇੱਥੇ ਅਸੀਂ ਇਹੀ ਗੱਲ ਕਹਿੰਦੇ ਆ ਜੇ ਸੱਤਾ ਬਦਲ ਗਈ ਸੱਤਾ 'ਚ ਨਹੀਂ ਰਹੇ ਦਾ ਮਤਲਬ ਇਹ ਨਹੀਂ ਕਿ ਬਚ ਜਾਓਗੇ ਚਾਹੇ ਬੀਜੇਪੀ ਚਲੇ ਜਾਓ ਚਾਹੇ ਟੀਜੇਪੀ ਚਲੇ ਜਾਓ ਜੇ ਪੰਜਾਬ ਦਾ ਪੈਸਾ ਖਾਧਾ ਹੈ ਅੰਦਰ ਹੋਵੋਗੇ